कदे भी अपना आजाद तौर पर इंडिपेंडेंटली सेवा करन दा मौका नहीं मिलिया। महाराज जी जेड़ा केजरीवाल जी कहंदे हैगे आ कि एक मौका केजरीवाल नूं, मैं समझदा हैगा केजरीवाल तो वड्डा ठग नहीं है कोई। तुहानू पता अकालियां ने की कीता, चिट्टा किने लियांदा, रेत माफिया किने लियांदा, दूजे माफिया राज किने लियांदे आ। ते जे लोकी उन्हां तों खुश है तां फिर उन्हां नूं वोट पानी चाहीदी है, जे लोकी उन्हां तों खुश नहीं है ते भाजपा पहली वारी मैदान च उतरी है तां एक वारी भाजपा नूं मौका दिओ, फिर देखो असी की करके दिखाने। जिहड़ा कि भारत का एक अभिन्न अंग है, असी इहनूं इस तरह करजाई हुंदे नहीं देख सकते। हर साल ब्रेन ड्रेन हो रही है, बाहरले मुल्कां च भज रहा है क्योंकि इत्थे रुजगार दे साधन नहीं है, इत्थे नशे आ, इत्थे चिट्टा आ, इत्थे माफिया राज है, इत्थे कुप्रशासन है। इस तों पंजाब नूं असी रिवर्स उस तरह का रंगला पंजाब भाजपा बनाना चाहती है। ਤੁਸੀਂ ਉਹ ਕਹਿੰਦੇ ਨੇ ਖਾਸ ਕਰਕੇ ਭਾਰਤੀ ਜਨਤਾ ਪਾਰਟੀ 'ਤੇ ਵੀ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਗਰਾਫ ਆ ਉਹ ਥੱਲੇ ਆ ਕਿਉਂਕਿ ਤਿੰਨ ਖੇਤੀ ਕਾਨੂੰਨਾਂ ਕਰਕੇ ਕਿਸਾਨ ਧੜ ਤੋਂ ਦੁਖੀ ਆ। ਤੁਹਾਡਾ ਹਲਕਾ ਜਿਹੜਾ 99% ਪੇਂਡੂ ਹੈਗਾ। ਮੈਂ ਬਤੌਰ IAS ਆਫਿਸਰ 4 ਜ਼ਿਲ੍ਹਿਆਂ ਦਾ ਡਿਪਟੀ ਕਮਿਸ਼ਨਰ ਰਿਹਾ, ਵੱਡੀਆਂ ਡਿਵੀਜ਼ਨਾਂ ਜਿਹੜੀਆਂ ਪਟਿਆਲਾ ਅਤੇ ਜਲੰਧਰ ਡਿਵੀਜ਼ਨ ਦਾ ਕਮਿਸ਼ਨਰ ਰਿਹਾ 6.5 ਸਾਲ। ਮੈਂ ਇੱਕ ਬਹੁਤ ਆਪਣਾ ਕਾਮਯਾਬੀ ਦੇ ਨਾਲ ਨੌਕਰੀ ਕੀਤੀ ਹੈ, ਲੋਕਾਂ ਦੀ ਸੇਵਾ ਕੀਤੀ ਹੈ। ਸਿਟੀ ਹੁਣ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਰਜੇਸ਼ ਮਹਿਰਾ। ਜਿਵੇਂ ਜਿਵੇਂ 20 ਤਾਰੀਖ ਨਜ਼ਦੀਕ ਆ ਰਹੀ ਹੈ ਉਵੇਂ ਉਵੇਂ ਸਾਰੀ ਸਿਆਸੀ ਪਾਰਟੀਆਂ ਦੇ ਉਮੀਦਵਾਰ ਆਪਣੀ ਜਿੱਤ ਨੂੰ ਸੁਨਿਸ਼ਚਿਤ ਕਰਨ ਵਾਸਤੇ ਦਿਨ ਰਾਤ ਇਹੜੀ ਚੁੱਟੀ ਦਾ ਜ਼ੋਰ ਲਗਾ ਰਹੇ ਨੇ। ਅੱਜ ਅਸੀਂ ਪਹੁੰਚੇ ਹਾਂ ਹਲਕਾ ਗਿੱਲ ਦੇ ਵਿੱਚ, ਜਿੱਥੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ SR ਲੱਦੜ ਸਾਹਿਬ ਪਹੁੰਚੇ ਨੇ। ਉਹਨਾਂ ਨੇ ਅੱਜ ਆਪਣਾ ਮੁੱਖ ਦਫ਼ਤਰ ਵੀ ਖੋਲ੍ਹਿਆ, ਗੱਲ ਕਰਾਂਗੇ ਉਹਨਾਂ ਨਾਲ। ਇਹਨਾਂ ਦਾ ਨਾਰਾ ਆ ਨਵਾਂ ਪੰਜਾਬ ਭਾਜਪਾ ਦੇ ਨਾਲ, ਕਿਸ ਤਰੀਕੇ ਨਾਲ ਨਵਾਂ ਪੰਜਾਬ ਬਣਾਉਣਾ ਚਾਹੁੰਦੇ ਨੇ। ਔਰ ਅੱਜ ਉਮੀਦਵਾਰੀ ਵੀ ਤੁਸੀਂ ਦਾਅਵੇਦਾਰੀ ਵੀ ਆਪਣੀ ਰੱਖਤੀ ਹੈ ਕਿਉਂਕਿ ਬਹੁਤ ਸਾਰੇ ਇੱਥੇ ਹਲਕਾ ਗਿੱਲ ਤੋਂ ਬਾਕੀ ਵੀ ਪਾਰਟੀਆਂ ਦੇ ਉਮੀਦਵਾਰ ਆ, ਕਿਸ ਤਰ੍ਹਾਂ ਦੇਖਦੇ ਨੇ ਆਪਣੀ ਦਾਅਵੇਦਾਰੀ ਨੂੰ? ਮਹਾਰਾਜ ਜੀ ਅੱਜ ਅਸੀਂ ਆਪਣਾ ਭਾਜਪਾ ਜਨਤਾ ਪਾਰਟੀ ਵੱਲੋਂ ਜੋ ਟਿਕਟ ਮੈਨੂੰ ਅਲੋਟ ਕੀਤੀ ਗਈ ਹੈ ਗਿੱਲ ਹਲਕੇ ਦੀ, ਅੱਜ ਅਸੀਂ ਦਫ਼ਤਰ ਖੋਲ੍ਹਿਆ ਹੈਗਾ ਔਰ ਸਾਡੇ ਜਿਹੜੇ ਵਰਕਰ ਹੈ, ਸਾਡੇ ਮੰਡਲ ਪ੍ਰਧਾਨ ਹੈ, ਸਾਡਾ ਇੱਕ ਆਪਣਾ ਇੱਕ ਸਿਸਟਮ ਹੈ ਭਾਜਪਾ ਜਨਤਾ ਪਾਰਟੀ ਦਾ ਕਿ ਆਪਣਾ ਪਿੰਡ ਲੈਵਲ ਬੂਥ ਲੈਵਲ ਤੱਕ ਆਪਣਾ ਜਿਹੜੇ ਸਾਡੇ ਜਿਹੜੇ ਕਾਰਜਕਰਤਾ ਆ ਉਹਨਾਂ ਨੂੰ ਸਕ੍ਰਿਯ ਕਰਨ ਦੇ ਲਈ, ਉਹਨਾਂ ਨੂੰ ਮੋਟੀਵੇਟ ਕਰਨ ਦੇ ਲਈ ਅੱਜ ਅਸੀਂ ਆਪਣਾ ਦਫ਼ਤਰ ਮੁੱਖ ਦਫ਼ਤਰ ਜਿਹੜਾ ਉਹ ਖੋਲ੍ਹਿਆ ਹੈਗਾ। ਸਾਰੇ ਇਲਾਕੇ ਨੂੰ ਜਿੰਨਾ ਆਪਣਾ ਹਲਕਾ ਆ 307 ਬੂਥ ਹੈ ਔਰ 124 ਪਿੰਡ ਹੈ, 100 ਤੋਂ ਵੱਧ ਕਲੋਨੀਆਂ ਆ ਇਸ ਦੇ ਵਿੱਚ। ਇਹਨੂੰ ਸਾਰਿਆਂ ਨੂੰ ਅਸੀਂ 7 ਮੰਡਲਾਂ 'ਚ ਵੰਡਿਆ ਹੈਗਾ, ਸਾਰੇ ਮੰਡਲਾਂ ਦੇ ਵਿੱਚ ਛੋਟੇ ਦਫ਼ਤਰ ਵੀ ਖੋਲ੍ਹਾਂਗੇ, ਅੱਜ ਮੁੱਖ ਦਫ਼ਤਰ ਜਿਹੜਾ ਅੱਜ ਇਹ ਖੋਲ੍ਹਿਆ ਗਿਆ ਹੈਗਾ। ਮੈਂ ਅੱਜ ਇਸ ਮੌਕੇ 'ਤੇ ਤੁਹਾਨੂੰ ਇਹ ਦੱਸਣਾ ਚਾਹੁੰਦਾ ਹੈਗਾ ਕਿ ਭਾਜਪਾ ਨੂੰ ਅੱਜ ਤੱਕ ਪੰਜਾਬ ਦੇ ਵਿੱਚ ਕਦੇ ਵੀ ਆਪਣਾ ਆਜ਼ਾਦ ਤੌਰ 'ਤੇ ਇੰਡੀਪੈਂਡੈਂਟਲੀ ਸੇਵਾ ਕਰਨ ਦਾ ਮੌਕਾ ਨਹੀਂ ਮਿਲਿਆ। ਚਾਹੇ ਕਾਂਗਰਸ ਨੇ ਪੰਜਾਬ 'ਤੇ ਰੂਲ ਕੀਤਾ, ਚਾਹੇ ਅਕਾਲੀਆਂ ਨੇ ਕੀਤਾ, ਤਾਂ ਉਹਨਾਂ ਨੇ ਪੰਜਾਬ ਨੂੰ ਲੁੱਟਿਆ, ਖਸੁੱਟਿਆ ਅਤੇ ਜਵਾਨੀ ਨੂੰ ਬਰਬਾਦ ਕੀਤਾ। ਸਾਡੇ ਪੰਜਾਬ 'ਤੇ 3 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਆ, ਹਰ ਬੱਚਾ ਇੱਕ ਦਿਨ ਦਾ ਜੰਮਿਆ ਬੱਚਾ ਵੀ ਪੰਜਾਬ ਦਾ ਜਿਹੜਾ 1 ਲੱਖ ਰੁਪਏ ਦਾ ਕਰਜ਼ਾਈ ਆ। ਸੋ ਇਹ ਆਪਣਾ ਅੱਜ ਪੰਜਾਬ ਆਪਣਾ ਜਿਹੜੀ ਭਾਜਪਾ ਪਾਰਟੀ ਆ ਇਹਨਾਂ ਨੇ ਫੈਸਲਾ ਲਿਆ ਕਿ ਅਸੀਂ ਪੰਜਾਬ ਜਿਹੜਾ ਕਿ ਭਾਰਤ ਦਾ ਇੱਕ ਅਭਿੰਨ ਅੰਗ ਹੈ, ਅਸੀਂ ਇਹਨੂੰ ਇਸ ਤਰ੍ਹਾਂ ਕਰਜ਼ਾਈ ਹੁੰਦਿਆਂ ਨਹੀਂ ਦੇਖ ਸਕਦੇ, ਜਵਾਨੀ ਬਰਬਾਦ ਹੁੰਦੀ ਨਹੀਂ ਦੇਖ ਸਕਦੇ। ਇਸ ਕਰਕੇ ਨਰਿੰਦਰ ਮੋਦੀ ਜੀ ਨੇ ਇਹ ਫੈਸਲਾ ਲਿਆ ਕਿ ਅਸੀਂ ਇਕੱਲਿਆਂ ਭਾਜਪਾ ਐਜ਼ ਏ ਮੇਜਰ ਪਾਰਟੀ ਇੱਥੇ ਆਪਣਾ ਇਲੈਕਸ਼ਨ ਲੜੇਗੀ, ਲੋਕਾਂ ਕੋਲ ਆਪਣਾ ਏਜੰਡਾ ਲੈ ਕੇ ਜਾਏਗੀ ਅਤੇ ਲੋਕਾਂ ਨੂੰ ਬੇਨਤੀ ਕਰੇਗੀ ਕਿ ਅਸੀਂ ਤੁਹਾਨੂੰ ਇੱਕ ਡਬਲ ਇੰਜਨ ਦੀ ਸਰਕਾਰ ਦੇਵਾਂਗੇ। ਡਬਲ ਇੰਜਨ ਦਾ ਮਤਲਬ ਹੈ ਪੰਜਾਬ 'ਚ ਵੀ ਭਾਜਪਾ ਦੀ ਸਰਕਾਰ ਔਰ ਕੇਂਦਰ 'ਚ ਵੀ ਭਾਜਪਾ ਦੀ ਸਰਕਾਰ। ਜੇ ਅਸੀਂ ਕਰਜ਼ ਮੁਕਤ ਹੋਣਾ ਆ, ਜੇ ਅਸੀਂ ਲੋਕਾਂ ਦਾ ਜਿਹੜਾ 1.5 ਲੱਖ ਸਾਡਾ ਬੱਚਾ ਹਰ ਸਾਲ ਬ੍ਰੇਨ ਡਰੇਨ ਹੋ ਰਹੀ ਹੈ, ਬਾਹਰਲੇ ਮੁਲਕਾਂ 'ਚ ਭੱਜ ਰਿਹਾ ਹੈਗਾ ਕਿਉਂਕਿ ਇੱਥੇ ਰੁਜ਼ਗਾਰ ਦੇ ਸਾਧਨ ਨਹੀਂ ਹੈ, ਇੱਥੇ ਨਸ਼ੇ ਆ, ਇੱਥੇ ਚਿੱਟਾ ਆ,
इत्थे माफिया राज है, इत्थे कु प्रशासन है। इस तो पंजाब नूं असीं रिवर्स उस तरह का रंगला पंजाब भाजपा बनाना चाहती है। सो इस करके असीं भाजपा दे राही लोकां दी सेवा करनी चाहते हैं। मैं बतौर IAS ऑफिसर 4 जिलों का डिप्टी कमिश्नर रहा, वड्डियां डिवीजनां जिहड़ियां पटियाला ते जलंधर डिवीजन का कमिश्नर रहा 6.5 साल। मैं एक बहुत अपना कामयाबी दे नाल नौकरी की है, लोगों की सेवा की है। सो असी उस सेवा भावना दे नाल हलका गिल ये वास्ते इन्हां दे लोकां दीआं बहुत वड्डियां समस्यावां आ। सब तो वड्डियां तां कलोनियां की समस्या हैगी आ कि इहनूं असीं कारपोरेशन का हिस्सा बनावांगे। इलीगल कलोनियां नूं असीं रैगूलर करांगे तां कि लोकां नूं जिहड़ा अपना साफ पीण का पानी, सड़कां, लाइटां, पार्कां, एजुकेशन, हैल्थ, ये सारियां फैसिलिटी जो शहर वासियां नूं मिलदियां, ਇਹ ਹਲਕਾ ਗਿੱਲ ਦੇ ਲੋਕਾਂ ਨੂੰ ਵੀ ਮਿਲਣ। ਸੋ ਮੈਂ ਮੰਨਦਾ ਮਿਲਣਗੇ ਸਾਰੀ ਸਿਆਸੀ ਪਾਰਟੀਆਂ ਜੋ ਤੁਸੀਂ ਕਿਹਾ ਸਾਰਾ ਕੁਝ ਇਹੀ ਕਹਿੰਦੀਆਂ। ਤੁਹਾਡੇ 'ਚ ਤਾਂ ਫਿਰ ਉਹਨਾਂ 'ਚ ਫਰਕ ਕੀ ਆ? ਅੱਜ ਸੱਤਾਧਾਰੀ ਜਿਹੜੀ ਕਾਂਗਰਸ ਪਾਰਟੀ ਆ ਉਹ ਵੀ ਕਹਿੰਦੇ ਅਸੀਂ ਬਹੁਤ ਵਿਕਾਸ ਕੀਤਾ, ਤੁਸੀਂ ਉਹ ਕਹਿੰਦੇ ਨੇ ਖਾਸ ਕਰਕੇ ਭਾਰਤੀ ਜਨਤਾ ਪਾਰਟੀ 'ਤੇ ਵੀ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਗ੍ਰਾਫ ਆ ਉਹ ਥੱਲੇ ਆ, ਕਿਉਂਕਿ 3 ਖੇਤੀ ਕਾਨੂੰਨਾਂ ਕਰਕੇ ਕਿਸਾਨ ਧਰ ਤੋਂ ਦੁਖੀ ਆ। ਤੁਹਾਡਾ ਹਲਕਾ ਜਿਹੜਾ 99% ਪੇਂਡੂ ਹੈਗਾ, ਅਤੇ ਤੁਸੀਂ ਕਿਸ ਤਰੀਕੇ ਨਾਲ ਉਹਨਾਂ ਦੇ ਵਿੱਚ ਜਾਓਗੇ ਅਤੇ ਤੁਹਾਨੂੰ ਸਮਾਂ ਵੀ ਬਹੁਤ ਘੱਟ ਮਿਲ ਗਿਆ। ਮਹਾਰਾਜ ਜੀ ਦੇਖੋ, ਇੱਕ ਸਭ ਤੋਂ ਵੱਡੀ ਗੱਲ ਤਾਂ 99% ਜਿਹੜਾ ਹਲਕਾ ਪਿੰਡੂ ਨਹੀਂ ਹੈ, 100 ਤੋਂ ਵੱਧ ਕਲੋਨੀਆਂ ਆ, 50% ਤੋਂ ਉੱਪਰ ਜਿਹੜਾ ਹਲਕਾ ਆ ਇਹ ਆਪਣਾ ਸ਼ਹਿਰੀ ਹੈ। ਤੁਸੀਂ ਇਹ ਮੈਂ ਤੁਹਾਨੂੰ ਗਣਾਉਣ ਲੱਗਾਂ ਤਾਂ ਆਪਣਾ ਇੱਥੋਂ ਗਿੱਲ ਹਲਕੇ ਤੋਂ ਲੈ ਕੇ ਡੁਗਰੀ ਦੇ ਨਾਲ ਅੱਗੇ ਧਾਂਦਰਾਂ, ਧਾਂਦਰਾਂ ਦੇ ਨਾਲ ਇੱਧਰ ਅੱਗੇ ਚੱਲ ਜਾਓ ਤੁਸੀਂ ਸਾਊਥ ਸਿਟੀ, ਆਪਣਾ ਜਨਪਥ, ਆਪਣਾ ਜੈਨਪੁਰ, ਬਹੁਤ ਸਾਰੀਆਂ ਕਲੋਨੀਆਂ ਜਿਹੜੀਆਂ ਹੈਗੀਆਂ ਆ, CM ਵੈਲੀ ਵਗੈਰਾ, ਲੋਡੂਵਾਲ ਤੱਕ ਸ਼ਹਿਰੀ ਕਲੋਨੀਆਂ ਆ, ਪੱਟੀਆਂ ਹੈਗੀਆਂ, ਬਹਾਦਰ ਕੇ ਹੈਗੀਆਂ। ਜਿਹੜੀ ਆਪਣਾ ਅਨਅਥੋਰਾਈਜ਼ਡ ਕੰਸਟਰਕਸ਼ਨ ਔਰ ਇਲੀਗਲ ਕਲੋਨੀਆਂ ਡਿਵੈਲਪ ਹੋਈਆਂ ਜਿਨ੍ਹਾਂ ਦੀ ਆਬਾਦੀ ਹਜ਼ਾਰਾਂ 'ਚ ਨਹੀਂ ਲੱਖਾਂ 'ਚ ਹੈ, ਉਹ ਲੋਕ ਨਰਕ ਭਰੀ ਜ਼ਿੰਦਗੀ ਜੀ ਰਹੇ ਆ। ਉਹਨਾਂ ਨੂੰ ਬੇਸਿਕ ਕਮਿਊਨਿਟੀਜ਼ ਜੇ ਲੋਕਾਂ ਨੇ ਪਹਿਲੇ MLA ਨੇ, ਪਹਿਲੀ ਸਰਕਾਰ ਨੇ ਦਿੱਤੀਆਂ ਆ, ਤਾਂ ਲੋਕ ਉਹਨਾਂ ਨੂੰ ਚੁਣਨਗੇ। ਜੇ ਉਹਨਾਂ ਨੇ ਕੰਮ ਕੀਤਾ ਹੁੰਦਾ ਪਹਿਲੀ MLA ਨੇ ਜਾਂ ਪਹਿਲੀ ਸਰਕਾਰ ਨੇ, ਤਾਂ ਇੰਨਾ ਵੱਡਾ ਗਿਣਤੀ ਦੇ ਵਿੱਚ 100 ਦੇ ਕਰੀਬ ਸਰਪੰਚ, ਪੰਚ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਾਕ ਸੰਮਤੀ ਮੈਂਬਰ ਰਿਵੋਲਟ ਨਾ ਕਰਦੇ, ਟਿਕਟਾਂ ਉਹਨਾਂ ਦੀਆਂ ਵਿਧ ਹੋਲਡ ਨਾ ਹੁੰਦੀਆਂ। ਤੁਹਾਨੂੰ ਪਤਾ ਹੈਗਾ ਆ ਕਿ ਕਾਂਗਰਸ ਨੇ ਕੀ ਕੀਤਾ, ਤੁਹਾਨੂੰ ਪਤਾ ਅਕਾਲੀਆਂ ਨੇ ਕੀ ਕੀਤਾ, ਚਿੱਟਾ ਕਿਹਨੇ ਲਿਆਂਦਾ, ਰੇਤ ਮਾਫੀਆ ਕਿਹਨੇ ਲਿਆਂਦਾ, ਦੂਜੇ ਮਾਫੀਆ ਰਾਜ ਕਿਹਨੇ ਲਿਆਂਦੇ ਆ। ਅਤੇ ਜੇ ਲੋਕ ਉਹਨਾਂ ਤੋਂ ਖੁਸ਼ ਹੈ ਤਾਂ ਫਿਰ ਉਹਨਾਂ ਨੂੰ ਵੋਟ ਪਾਉਣੀ ਚਾਹੀਦੀ ਹੈ, ਜੇ ਲੋਕ ਉਹਨਾਂ ਤੋਂ ਖੁਸ਼ ਨਹੀਂ ਹੈ ਤਾਂ ਭਾਜਪਾ ਪਹਿਲੀ ਵਾਰੀ ਮੈਦਾਨ 'ਚ ਉਤਰੀ ਹੈ ਤਾਂ ਇੱਕ ਵਾਰੀ ਭਾਜਪਾ ਨੂੰ ਮੌਕਾ ਦਿਓ, ਫਿਰ ਦੇਖੋ ਅਸੀਂ ਕੀ ਕਰਕੇ ਦਿਖਾਉਂਦੇ ਹਾਂ। ਇੱਦਾਂ ਹੀ ਆਮ ਆਦਮੀ ਪਾਰਟੀ ਵੀ ਕਹਿੰਦੀ ਆ, ਇੱਕ ਵਾਰ ਕੇਜਰੀਵਾਲ, ਇੱਕ ਵਾਰ ਭਗਵੰਤ ਮਾਨ, ਇੱਕ ਵਾਰ ਆਮ ਨੂੰ ਮੌਕਾ ਦਿਓ, ਮੰਨਦੇ ਹੋ ਆਪ ਨੂੰ ਦੇਣਾ ਚਾਹੀਦਾ ਮੌਕਾ ਵਿਕਲਪ? ਮਹਾਰਾਜ ਜੀ ਜਿਹੜਾ ਕੇਜਰੀਵਾਲ ਜੀ ਕਹਿੰਦੇ ਹੈਗੇ ਆ ਕਿ ਇੱਕ ਮੌਕਾ ਕੇਜਰੀਵਾਲ ਨੂੰ, ਮੈਂ ਸਮਝਦਾ ਹੈਗਾ ਕੇਜਰੀਵਾਲ ਤੋਂ ਵੱਡਾ ਠੱਗ ਨਹੀਂ ਹੈ ਕੋਈ, ਕਿ ਕੇਜਰੀਵਾਲ ਜਿਹੜਾ ਹੈਗਾ ਦਿੱਲੀ ਦਾ ਮੁੱਖ ਮੰਤਰੀ ਆ। ਕੇਜਰੀਵਾਲ ਨੂੰ ਮੁੱਖ ਮੰਤਰੀ ਦਾ ਮੌਕਾ ਦੇਣਾ ਜਾਂ ਕੇਜਰੀਵਾਲ ਨੂੰ ਮੌਕਾ ਦੇਣਾ ਦਾ ਮਤਲਬ ਹੈਗਾ ਕਿ ਪੰਜਾਬੀ ਲੋਕ ਜਿਹੜੇ ਹੈਗੇ ਆ ਇਹ ਬੇਗੈਰਤ ਹੈ, ਬੇਅਣਖੇ ਆ, ਇਹ ਇਨਕੰਪੀਟੈਂਟ ਹੈ। ਪੰਜਾਬ ਅਸੀਂ ਆਪਣੇ ਆਪ ਗਵਰਨ ਨਹੀਂ ਕਰ ਸਕਦੇ? ਕਿ ਹਰਿਆਣੇ ਦੇ ਵਿੱਚ ਮੁੱਖ ਮੰਤਰੀ ਪੰਜਾਬੀ ਜਾ ਕੇ ਬਣਦਾ ਜਾਂ ਕੋਈ ਦਿੱਲੀ ਦਾ ਬਣਦਾ? ਉਹਨੂੰ ਮੌਕਾ ਕਾਹਦੇ ਵਾਸਤੇ ਦਿੱਤਾ ਜਾਵੇ? ਆਪਣਾ ਕੇਜਰੀਵਾਲ ਨੇ ਆਪਣਾ ਮਜੀਠੀਏ ਦੇ ਉੱਤੇ ਆਰੋਪ ਲਾਇਆ ਕਿ ਚਿੱਟੇ ਦਾ ਕਿੰਗ ਪਿੰਨ ਹੈ, ਬਾਅਦ ਵਿੱਚ ਮਾਫੀ ਮੰਗ ਲਈ। ਉਹਨੇ ਆਪਣਾ ਸੁਪਰੀਮ ਕੋਰਟ ਦੇ ਵਿੱਚ ਪਹਿਲਾਂ ਕਹਿੰਦਾ ਕਿ 300 ਯੂਨਿਟ ਫ੍ਰੀ ਦਿਆਂਗਾ ਬਿਜਲੀ ਦੇ, ਫਿਰ ਉਹਨੇ ਆਪਣਾ ਸੁਪਰੀਮ ਕੋਰਟ ਚੈੱਕ ਰਿਟ ਪਟੀਸ਼ਨ ਦਾਇਲ ਕੀਤੀ ਕਿ ਦਾਇਰ ਕੀਤੀ ਕਿ ਸਾਰੇ ਜਿਹੜੇ ਇਹਨਾਂ ਦੇ ਆਪਣੇ ਉਹ ਬੰਦ ਹੋਣੇ ਚਾਹੀਦੇ, ਥਰਮਲ ਪਲਾਂਟ, ਫਿਰ ਬਿਜਲੀ ਕਿੱਥੋਂ ਪੈਦਾ ਹੋਏਗੀ? ਫਿਰ ਉਹ ਕਹਿੰਦਾ ਹਜ਼ਾਰ ਰੁਪਈਆ ਮਹਿਲਾਵਾਂ ਦੇ ਆਪਣੇ ਖਾਤੇ 'ਚ ਪਾਵਾਂਗਾ, ਦਿੱਲੀ 'ਚ ਤਾਂ 1,000 ਪੈਸਾ ਵੀ ਨਹੀਂ ਪਾਇਆ। ਸੋ ਇਸ ਕਰਕੇ ਉਹ ਬੰਦਾ ਜਿਹੜਾ ਹੈਗਾ ਉਹਦੀ ਕਰਨੀ ਅਤੇ ਕਥਨੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਉਹ ਆਪਣਾ ਬਿਲਕੁਲ ਪੰਜਾਬ ਦਾ ਜਿਹੜਾ ਹੇਤੂ ਨਹੀਂ ਹੈ, ਪੰਜਾਬ ਦਾ ਜਿਹੜਾ ਹੈਗਾ ਲੋਕਾਂ ਨੂੰ ਮੁਫਤਖੋਰਾ ਬਣਾਉਣਾ ਚਾਹੁੰਦਾ। ਇਹ ਨਹੀਂ ਉਹਨੇ ਅੱਜ ਤੱਕ ਕਿਹਾ ਕਿ ਮੈਂ 3 ਲੱਖ ਕਰੋੜ ਦਾ ਕਰਜ਼ਾ ਕਿਵੇਂ ਲਾਵਾਂਗਾ, ਮੇਰਾ ਮੈਪ ਰੋਡ ਮੈਪ ਕੀ ਹੈ, ਮੇਰੇ ਕੋਲ ਪਲਾਨ ਕੀ ਹੈਗੀ ਆ। ਸੋ ਇਸ ਕਰਕੇ ਜਿਹੜਾ ਉਹਨਾਂ ਦਾ ਮੁੱਖ ਮੰਤਰੀ ਦਾ ਚਿਹਰਾ ਹੈਗਾ ਉਹਨੇ ਆਪਣੇ ਗਲੇ ਦੇ ਵਿੱਚ ਉਹ ਹਾਰ ਲਾ ਕੇ ਬਾਬਾ ਸਾਹਿਬ ਅੰਬੇਡਕਰ ਦੇ ਗਲੇ 'ਚ ਪਾ ਤੇ, ਉਹਦੀ ਕਿੰਨਾ ਕੁ IQ ਆ, ਕਿੰਨਾ ਕੁ ਉਹਦੀ ਲਿਆਕਤ ਆ, ਉਹ ਸਾਰੀ ਦੁਨੀਆ ਨੇ ਦੇਖੀ ਹੈਗੀ ਆ। ਸੋਸ਼ਲ ਮੀਡੀਆ 'ਤੇ ਤਾਂ ਉਹਨੂੰ ਫਿੱਟੇ ਮੂੰਹ ਕਿਹਾ ਜਾ ਰਿਹਾ, ਜੋ ਵੀ ਤੁਸੀਂ ਕਹਿਣਾ ਤੁਸੀਂ ਕਹਿ ਲਓ, ਜੇ ਚੰਗਾ ਸਮਝਦੇ ਤਾਂ ਜ਼ਰੂਰ ਵੋਟਾਂ ਉਹਨੂੰ ਪਾਉਣੀਆਂ ਚਾਹੀਦੀਆਂ। ਜੇ ਉਹ ਤੁਹਾਨੂੰ ਲੱਗਦਾ ਹੈਗਾ ਕਿ ਆਪਣਾ ਇੱਕ ਜੋਕ, ਇੱਕ ਆਪਣੇ ਚੁਟਕਲੇ ਵਾਲਾ ਮੁੱਖ ਮੰਤਰੀ ਤੁਹਾਨੂੰ ਚਾਹੀਦਾ ਹੈਗਾ ਪੰਜਾਬੀਆਂ ਨੂੰ, ਤਾਂ ਵੈਲਕਮ ਹੈ।
ਤੇ ਜੇ ਤੁਹਾਨੂੰ ਚਾਹੀਦਾ ਕਿ ਉਹ ਬੰਦਾ ਚਾਹੀਦਾ ਪ੍ਰਸ਼ਾਸਨਿਕ ਅਧਿਕਾਰੀ ਜਾਂ ਉਹ ਲੋਕੀ ਚਾਹੀਦੇ ਹੈਗੇ ਆ ਜਿਨ੍ਹਾਂ ਦਾ ਤਜਰਬਾ ਆ ਮਾਨਯੋਗ ਪ੍ਰਾਈਮ ਮਿਨਿਸਟਰ ਨੇ ਸਾਡਾ ਜਿਹੜਾ ਅਸੀਂ ਰੋਜ਼ ਅਰਦਾਸ ਕਰਦੇ ਆ ਕਿ ਸਾਨੂੰ ਉਹਨਾਂ ਗੁਰਧਾਮਾਂ ਦੇ ਖੁੱਲੇ ਦਰਸ਼ਨ ਦਿਦਾਰ ਜਿਨ੍ਹਾਂ ਤੋਂ ਵਿਛੋੜਿਆ ਗਿਆ ਤੇ ਕਰਤਾਰਪੁਰ ਦਾ ਲਾਂਘਾ ਕਿਨੇ ਖਲਾਇਆ ਨਵਜੋਤ ਸਿੰਘ ਸਿੱਧੂ ਕਹਿੰਦਾ ਮੈਂ ਖਲਾ ਨਵਜੋਤ ਸਿੰਘ ਸਿੱਧੂ ਨੇ ਖਲਾਇਆ ਤਾਂ ਨਵਜੋਤ ਸਿੰਘ ਸਿੱਧੂ ਨੂੰ ਵੋਟਾਂ ਪਾ ਦਿਓ ਭਾਰਤ ਸਰਕਾਰ ਕਿਹਦੇ ਕੋਲ ਹੈ ਭਾਰਤ ਸਰਕਾਰ ਦੀ ਮਰਜ਼ੀ ਨਾਲ ਸੰਭਵ ਹੈ ਨੰਬਰ 1 ਨੰਬਰ 2 ਦੇ ਉੱਤੇ ਆਪਣਾ ਜਿਹੜਾ ਹੈਗਾ ਆ ਵੀਰਵਾਲ ਦਿਵਸ 26 ਦਸੰਬਰ ਦੀ ਛੁੱਟੀ ਦੁਨੀਆ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਉਹਨਾਂ ਦੀ ਰੈਕੋਗਨੀਸ਼ਨ ਕਿਹਨੇ ਕੀਤੀ ਹੈ ਮੋਦੀ ਸਾਹਿਬ ਨੇ ਜਿਹੜਾ ਕਿਸਾਨ ਹੈ ਕਿਸਾਨ ਦੀ ਗੱਲ ਤੁਸੀਂ ਕੀਤੀ ਹੈ ਕਿ ਕਿਸਾਨ ਵਿਰੋਧ ਕਰਦੇ ਆ ਜਾਂ ਭਾਜਪਾ ਦਾ ਕਿਸਾਨਾਂ ਦੇ ਪਹਿਲੀ ਵਾਰੀ 6-6 ਹਜ਼ਾਰ ਰੁਪਈਆ ਖਾਤੇ ਦੇ ਵਿੱਚ ਗਰੀਬ ਕਿਸਾਨ ਦੇ ਕਿਹਨੇ ਪਾਇਆ ਗਰੀਬ ਲੋਕਾਂ ਨੂੰ ਗੈਸ ਕਨੈਕਸ਼ਨ ਪਹਿਲੀ ਵਾਰੀ ਫ੍ਰੀ ਆਫ ਕੋਸਟ ਕਿਹਨੇ ਦਿੱਤੇ ਆ ਜਿੰਨੇ ਆਪਣੇ ਬਿਮਾਰ ਹੈ ਗਰੀਬ ਕੋਈ ਬਿਮਾਰ ਤਾਂ ਕੋਈ ਵੀ ਹੋ ਸਕਦਾ ਜਿਹੜਾ ਗਰੀਬ ਹੈ ਉਹ ਤੋਂ ਮਹਿੰਗੇ ਇਲਾਜ ਨਹੀਂ ਹੁੰਦੇ 5-5 ਲੱਖ ਰੁਪਈਆ ਆਯੁਸ਼ਮਾਨ ਯੋਜਨਾ ਦੇ ਤਹਿਤ ਇੱਕ ਨਵਾਂ ਪੈਸਾ ਨਹੀਂ ਲੱਗਦਾ ਮੋਰੀ ਵਾਲਾ ਪੈਸਾ ਵੀ ਔਰ ਫ੍ਰੀ ਇਲਾਜ ਹੁੰਦਾ ਆ ਮਹਿੰਗੇ ਤੋਂ ਮਹਿੰਗੇ ਹਸਪਤਾਲਾਂ ਦੇ ਵਿੱਚ ਇਸ ਵੇਲੇ ਤੁਹਾਡੇ ਕੋਲ ਸਮਾਂ ਘੱਟ ਆ ਕਿ ਸਮਝਦੇ ਹੋ ਵੀ ਤੁਸੀਂ ਘਰ ਘਰ ਪਿੰਡ ਪਿੰਡ ਜਾ ਕੇ ਆਪਣੀ ਭਾਰਤੀ ਜਨਤਾ ਪਾਰਟੀ ਦੇ ਜੋ ਗੱਲਾਂ ਅੱਜ ਤੁਸੀਂ ਦਰਸ਼ਕਾਂ ਸਾਹਮਣੇ ਕਹੀਆਂ ਪਹੁੰਚਾ ਸਕੋਗੇ ਕਿਉਂਕਿ ਸਮਾਂ ਬਹੁਤ ਘੱਟ ਹੈ ਤੁਸੀਂ ਵਿਚਰ ਕਿਉਂਕਿ ਲੋਕ ਜਿਹੜੇ ਪਹਿਲਾਂ ਇੱਥੋਂ ਜਿੱਤੇ ਹੋਏ ਨੇ ਪਹਿਲਾਂ ਇਲੈਕਸ਼ਨ ਲੜ ਚੁੱਕੇ ਨੇ ਉਹਨਾਂ ਨੂੰ 15-15 ਸਾਲ ਹੋ ਗਿਆ ਉਹਨਾਂ ਨੂੰ ਟਿਪਸ ਤੇ ਪਤਾ ਕਿਹੜਾ ਪਿੰਡ ਹੈ ਕਿਹੜਾ ਘਰ ਹੈ ਕਿਹਦੇ ਕੋਲ ਵੋਟ ਹੈ ਕਿਹਦੇ ਕੋਲ ਨਹੀਂ ਹੈ ਇਸ ਕਰਕੇ ਤੁਹਾਡੇ ਲਈ ਆਸਾਨ ਹੋਏਗਾ ਕਿ ਮੁਸ਼ਕਲ ਕੰਮ ਹੈ ਦੇਖੋ ਸਾਡਾ ਜਿਹੜਾ ਬੀਜੇਪੀ ਦਾ ਤੰਤਰ ਹੈ ਜੋ ਸਿਸਟਮ ਹੈ ਅਸੀਂ ਆਪਣੇ ਪੂਰੇ ਹਲਕੇ ਨੂੰ ਮੰਡਲਾਂ 'ਚ ਵੰਡ ਦਿੱਤਾ ਮੰਡਲਾਂ ਦੇ ਅੱਗੇ ਸ਼ਕਤੀ ਕੇਂਦਰ ਬਣਾਤੇ ਆ ਸ਼ਕਤੀ ਕੇਂਦਰਾਂ ਤੋਂ ਬਾਅਦ ਅਸੀਂ ਬੂਥ ਅਧਿਆਕਸ਼ ਬਣਾਤੇ ਆ ਬੂਥ ਅਧਿਆਕਸ਼ ਦੀਆਂ ਅਸੀਂ ਟੀਮਾਂ ਬਣਾਤੀਆਂ ਆ 10-10 ਬੰਦਿਆਂ ਦੀਆਂ ਜਿਹੜੇ ਆਪਣੇ ਹਰੇਕ ਵੋਟਰ ਲਿਸਟ ਹੈ ਇੱਕ ਆਪਣਾ ਬੂਥ ਦੀ ਉਹਦੇ 'ਤੇ ਅਸੀਂ ਪੰਨਾ ਪ੍ਰਮੁੱਖ ਲਾਤੇ ਆ ਤੁਸੀਂ ਇਹ ਦੇਖੋਗੇ ਪਿੰਡਾਂ ਦੇ ਵਿੱਚ ਵੀ ਸਾਨੂੰ ਓਨਾ ਹੀ ਰਿਸਪੋਂਸ ਮਿਲ ਰਿਹਾ ਜਿੰਨਾ ਸ਼ਹਿਰ 'ਚ ਮਿਲ ਰਿਹਾ ਤੋ ਇਸ ਕਰਕੇ ਅਸੀਂ ਇਹ ਵੱਡੀ ਮੈਜੋਰਿਟੀ ਦੇ ਨਾਲ ਜਿੱਤਣ ਜਾ ਰਹੇ ਹਾਂ ਬਾਕੀ ਰਹੀ ਗੱਲ ਜਿਹੜੀ ਤੁਹਾਡੇ ਨਾਲ ਮੈਂ ਅੱਜ ਗੱਲ ਕਰ ਰਿਹਾ ਇਹ ਗੱਲਾਂ ਦਾ ਤੁਸੀਂ ਸਾਡੇ ਮੀਡੀਆ ਦਾ ਤੁਸੀਂ ਇਹਨਾਂ ਦੇ ਰਾਹੀਂ ਲੋਕਾਂ ਤੱਕ ਲੈ ਕੇ ਜਾਣੀਆਂ ਮੈਂ ਬੇਨਤੀ ਕਰਦਾ ਕਿ ਤੁਸੀਂ ਵੀ ਆਪਣੇ ਪੰਜਾਬ ਦੇ ਹਿੱਤੂ ਹੋ ਤੁਸੀਂ ਵੀ ਪੰਜਾਬ ਦਾ ਭਲਾ ਚਾਹੁੰਦੇ ਹੋ ਮੀਡੀਆ ਵੀ ਪੰਜਾਬ ਦਾ ਭਲਾ ਚਾਹੁੰਦਾ ਆ ਇਸ ਕਰਕੇ ਮੀਡੀਆ ਨੂੰ ਇਹ ਚਾਹੀਦਾ ਨਿਰਪੱਖ ਹੋ ਕੇ ਲੋਕਾਂ ਦੇ ਵਿੱਚ ਹਰ ਕੈਂਡੀਡੇਟ ਦੇ ਗੁਣ ਅਵਗੁਣ ਲੈ ਕੇ ਜਾਣ ਜੇ ਮੈਂ ਚੰਗਾ ਆ ਤਾਂ ਮੈਨੂੰ ਲੋਕਾਂ ਨੂੰ ਦੱਸਿਆ ਜਾਵੇ ਕਿ ਇਹ ਕੈਂਡੀਡੇਟ ਚੰਗਾ ਜੇ ਮੇਰੇ 'ਚ ਅਵਗੁਣ ਹੈ ਤਾਂ ਅਵਗੁਣ ਦੱਸੋ ਅਤੇ ਜਿਹੜੇ ਵੀ ਕੈਂਡੀਡੇਟ ਨੇ ਲੁੱਟਿਆ ਖਸੁੱਟਿਆ ਜਾਂ ਕੂ ਪ੍ਰਸ਼ਾਸਨ ਦਿੱਤਾ ਤਾਂ ਜਾਂ ਜੇ ਮੁਕਾਬਲਾ ਕਰਾਉਣਾ ਤਾਂ ਬੈਠ ਕੇ ਕਰਾ ਲਓ ਜੇ ਸਾਰਿਆਂ ਨੂੰ ਪਬਲਿਕ ਨੂੰ ਵੀ ਬੁਲਾ ਲਓ ਮੀਡੀਆ ਬੁਲਾ ਲਓ ਸਾਨੂੰ ਕੈਂਡੀਡੇਟਸ ਨੂੰ ਵੀ ਬੁਲਾ ਲਓ ਫਿਰ ਜਿਹੜਾ ਪਬਲਿਕ ਨੂੰ ਡਿਸਾਈਡ ਕਰਨ ਦਿਉ ਕਿ ਕਿਹੜਾ ਕੈਂਡੀਡੇਟ ਉਹਨੂੰ ਵੋਟ ਪਾਉਣ ਕਿਉਂਕਿ ਤਾਂ ਲੋਕ ਰਾਜ ਹੈ ਲੋਕਾਂ ਨੇ ਚੁਣਨਾ ਆ ਲੋਕ ਰਾਜ ਹੈ ਜੀ ਲੋਕਾਂ ਨੇ ਚੁਣਨਾ ਔਰ 20 ਫਰਵਰੀ ਨੂੰ ਚੁਣ ਲੈਣਾ ਮੋਹਰ ਲਗਾ ਕੇ ਭਵਾਂ 10 ਮਾਰਚ ਨੂੰ ਨਤੀਜੇ ਆਉਣਗੇ ਉਹ ਕਹਿੰਦੇ ਵੀ ਖੁੱਲ੍ਹਾ ਚੈਲੰਜ ਆ ਇਹ ਸਨ ਹਲਕਾ ਗਿੱਲ ਤੋਂ SR ਲੱਦੜ ਜੀ IAS ਅਫਸਰ ਨੇ ਉਹਨਾਂ ਨੇ ਖੁੱਲ੍ਹਾ ਚੈਲੰਜ ਕਰਤਾ ਵਿਰੋਧੀ ਪਾਰਟੀਆਂ ਨੂੰ ਚਾਹੇ ਡਿਬੇਟ ਕਰਾ ਲਓ ਚਾਹੇ ਪਬਲਿਕ ਡਿਬੇਟ ਕਰਾ ਲਓ ਮੈਂ ਜਿਹੜਾ ਹੈ ਆਪਣੇ ਭਾਰਤੀ ਜਨਤਾ ਪਾਰਟੀ ਨੂੰ ਇਸ ਹਲਕੇ ਤੋਂ ਜਿੱਤ ਸੁਨਿਸ਼ਚਿਤ ਦਵਾਵਾਂਗਾ ਕੈਮਰਾਮੈਨ ਜਸਵਿੰਦਰ ਦੇ ਨਾਲ ਰਾਜੇਸ਼ ਮਹਿਰਾ ਸਿਟੀ ਨਿਊਜ਼ ਲੁਧਿਆਣਾ